ਸਤਿ ਸ਼੍ਰੀ ਅਕਾਲ ਅਦਾ ਨਮਸਤੇ ਕੀ ਹਾਲ ਹੈ ਮੇਰੇ ਵੀਰੋ ਅਤੇ ਸਭ ਤੋਂ ਪਹਿਲਾਂ ਕੁਛ ਕਹਿਣ ਤੋਂ ਪਹਿਲਾਂ ਮੈਂ ਕਹਿਣਾ ਚਾਹੁੰਦਾ ਕਿ ਤੁਹਾਡਾ ਬਹੁਤ ਹੀ ਥੈਂਕ ਯੂ ਦਿਲੋਂ ਥੈਂਕ ਯੂ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕੀਤਾ ਅਤੇ ਪਲੱਸ ਮੇਰੇ ਵੀਡੀਓ ਨੂੰ ਲਾਈਕ ਕਰਦੇ ਜੇ ਅਤੇ ਅੱਜ ਤੁਹਾਡਾ ਵੀਰ ਤੁਹਾਨੂੰ ਲੈ ਕੇ ਚੱਲਿਆ ਵਾ ਇੱਕ ਵਾਟਰਫਾਲ ਆ ਬਹੁਤ ਹੀ ਸੋਹਣਾ ਵਾ ਨੈਚੁਰਲ ਬਿਊਟੀ ਆ ਮੈਂ ਗੂਗਲ 'ਤੇ ਲੱਭਿਆ ਵਾ ਮੈਂ ਉੱਥੇ ਕਦੀ ਗਿਆ ਨਹੀਂ ਨਾ ਮੈਂ ਉਹਦੇ ਬਾਰੇ ਕਦੀ ਸੁਣਿਆ ਪਹਿਲੀ ਵਾਰ ਮੈਂ ਚੱਲਿਆ ਵਾਂ ਅਤੇ ਪਤਾ ਨਹੀਂ ਹੁਣ ਕਿੱਥੇ ਉਹ ਪੈਂਦਾ ਵਾ ਕਿੱਦਾਂ ਦਾ ਹੀ ਰਾਹ ਵਾ ਅਤੇ ਸਸਪੈਂਸ ਹੀ ਆ ਸਰਪ੍ਰਾਈਜ਼ ਹੀ ਆ ਇੱਕ ਅਤੇ ਅੱਜ ਮੈਂ ਤੁਹਾਨੂੰ ਉੱਥੇ ਲੈ ਕੇ ਚੱਲਿਆ ਵਾਂ ਅਤੇ ਜਿਹੜੇ ਮੇਰੇ ਵੀਰ ਭਰਾ ਪਹਿਲੀ ਵਾਰ ਮੇਰੀ ਵੀਡੀਓ ਵੇਖ ਰਹੇ ਆ ਉਹਨਾਂ ਵਾਸਤੇ ਮੈਂ ਕਹਿੰਦਾ ਕਿ ਮੇਰਾ ਨਾਮ ਹੈ ਗਲੇਨ ਸਿੰਘ ਅਤੇ ਮੈਂ ਰਹਿੰਦਾ ਵਾਂ ਨਿਊਜ਼ੀਲੈਂਡ ਵਿੱਚ ਅਤੇ ਮੈਂ ਹਰ ਵੀਕਐਂਡ 'ਤੇ ਕਿਤੇ ਨਾ ਕਿਤੇ ਘੁੰਮਣ ਜਾਂਦਾ ਵਾਂ ਅਤੇ ਤੁਹਾਨੂੰ ਸੋਹਣੀਆਂ ਸੋਹਣੀਆਂ ਜਗ੍ਹਾ ਨਿਊਜ਼ੀਲੈਂਡ ਦੀਆਂ ਦਿਖਾਉਂਦਾ ਵਾਂ ਵੀਡੀਓ ਵਿੱਚ ਅਤੇ ਪਲੀਜ਼ ਇਸ ਕਰਕੇ ਮੇਰਾ ਚੈਨਲ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕੋਨ ਨੂੰ ਕਲਿੱਕ ਕਰੋ ਅਤੇ ਤੁਹਾਨੂੰ ਹਰ ਨੋਟੀਫਿਕੇਸ਼ਨ ਮਿਲ ਜਾ ਕਰੂਗਾ ਜਦੋਂ ਮੈਂ ਵੀਡੀਓ ਪਾਊਂਗਾ ਅਤੇ ਹੁਣ ਅੱਜ ਆਪਾਂ ਉਸ ਵਾਟਰਫਾਲ 'ਤੇ ਜਾਣ ਤੋਂ ਪਹਿਲਾਂ ਆਪਾਂ ਪਹਿਲਾਂ ਜਾਣਾ ਵਾਂ ਜਿਮ ਜਿਮ ਲਾ ਕੇ ਫਿਰ ਉੱਥੇ ਸਿੱਧਾ ਜਾਵਾਂਗੇ ਵਾਟਰਫਾਲ 'ਤੇ ਸੋ ਵੀਡੀਓ ਵਿੱਚ ਬਣੇ ਰਹੋ ਐਂਡ ਤੱਕ ਵੀਡੀਓ ਵੇਖਿਓ ਅਤੇ ਮਿਲਦੇ ਹਾਂ ਜਾ ਕੇ ਆਪਾਂ ਜਿਮ ਹੁਣ ਆਪਾਂ ਹੁਣ ਪਹੁੰਚ ਗਏ ਹਾਂ ਅਤੇ ਆਪਾਂ ਨੂੰ ਰਾਹ ਲੱਭਣਾ ਪੈਣਾ ਵਾ ਕਿੱਧਰ ਦੀ ਜਾਈਦਾ ਵਾਟਰਫਾਲ 'ਤੇ ਅਤੇ ਸ਼ਾਇਦ ਇੱਧਰ ਦੀ ਜਾਈਦਾ ਥੱਲੇ ਉੱਥੇ ਲਿਖਿਆ ਸੀ ਕਿ 15 ਮਿੰਟ ਦੀ ਵੋਕ ਆ ਅਤੇ ਆਪਾਂ ਹੁਣ ਲੱਭਦੇ ਹਾਂ ਸਰਪ੍ਰਾਈਜ਼ ਆ ਮੈਂ ਕਦੀ ਵੇਖਿਆ ਨਹੀਂ ਵਾਟਰਫਾਲ ਕਿੱਦਾਂ ਦਾ ਹੋਊਗਾ ਬਟ ਬਹੁਤ ਹੀ ਸੋਹਣਾ ਵਿਊ ਆ ਨੈਚੁਰਲ ਸ਼ਾਂਤੀ ਓਨਲੀ ਬਰਡਸ ਦੀ ਆਵਾਜ਼ ਹੈ ਜੀ ਉਹ ਬਹੁਤ ਹੀ ਸੋਹਣਾ ਵਿਊ ਇੱਥੋਂ ਇੱਥੋਂ ਮਾਊਂਟ ਮੁੰਗਾਨੂਈ ਦੀ ਪਹਾੜੀ ਦਿੰਦੀ ਆ ਮਾਊਂਟ ਮੁੰਗਾਨੂਈ ਤਰੰਗਾ 'ਚ ਇੱਕ ਕਾਫੀ ਫੇਮਸ ਜਗ੍ਹਾ ਵਾ ਜਿੱਥੇ ਇੱਕ ਬੀਚ ਆ ਇੱਕ ਐਂਡ ਇੱਕ ਮਾਊਂਟ ਆ ਜਿੱਥੇ ਲੋਕ ਸੈਰ ਕਰਦੇ ਆ ਉੱਤੇ ਵੀ ਮਾਊਂਟ 'ਤੇ ਜਾਂਦੇ ਆ ਅਤੇ ਕਾਫੀ ਇਹ ਟੂਰਿਸਟ ਅਟਰੈਕਸ਼ਨ ਪਲੇਸ ਆ ਅਤੇ ਕਾਫੀ ਸੋਹਣੀ ਹੈ ਮਾਊਂਟ ਮੁੰਗਾਨੂਈ ਇੱਥੋਂ ਦਿੰਦੀ ਹੈ ਪਹਾੜੀ ਬਹੁਤ ਹੀ ਸੋਹਣੀ ਆ ਬਹੁਤ ਹੀ ਚੰਗਾ ਵਿਊ ਆ ਸਾਨੂੰ ਆਵਾਜ਼ ਆ ਰਹੀ ਹੋਣੀ ਹੈ ਪਾਣੀ ਦੀ ਮੈਨੂੰ ਇੱਥੇ ਆਵਾਜ਼ ਆ ਰਹੀ ਹੈ ਵਾਟਰਫਾਲ ਦੀ ਅਤੇ 15 ਮਿੰਟ ਦੀ ਵੋਕ ਹੈਗੀ ਆ ਥੱਲੇ ਨੂੰ ਥੱਲੇ 15 ਮਿੰਟ ਥੱਲੇ ਨੂੰ ਜਾਣ ਦੀ ਅਤੇ 15 ਮਿੰਟ ਉੱਤੇ ਆਉਣ ਨੂੰ ਕਿੱਧਰ ਦੀ ਚਲੀਏ ਐਂ ਦੀ ਚਲੀਏ ਆਵਾਜ਼ ਇੱਧਰ ਦੀ ਆਉਂਦੀ ਆ ਆਖਿਰ ਆਪਾਂ ਲੱਭ ਲਿਆ
ਬਟ ਇਹ ਬਹੁਤ ਛੋਟਾ ਜਿਹਾ ਵਾਟਰਫਾਲ ਹੈ ਇੱਥੇ, ਪਰ ਆਵਾਜ਼ ਮੈਨੂੰ ਬਹੁਤ ਆ ਰਹੀ ਆ ਆਸੇ ਪਾਸੇ। ਇੱਥੇ ਹੋਰ ਵੀ ਵਾਟਰਫਾਲ ਹੈਗੇ, ਅੱਗੇ ਜਾ ਕੇ ਪਤਾ ਲੱਗੂਗਾ ਕੀ ਹਿਸਾਬ ਆ। ਇਹ ਇੱਕ ਛੋਟਾ ਜਿਹਾ ਵਾਟਰਫਾਲ ਲੱਭਾ ਮੈਂ ਇੱਥੇ, ਸ਼ਾਇਦ ਉਹ ਉੱਥੋਂ ਪਾਣੀ ਥੱਲੇ ਡਿੱਗਦਾ ਵਾ, ਉਹ ਅੱਗੇ ਜਾ ਕੇ ਮਿਲਾਂ ਮੈਂ, ਸ਼ਾਇਦ ਅੱਗੇ ਵੀ ਵਾਟਰਫਾਲ ਹੈਗਾ ਥੱਲੇ। ਮਾਈ ਗੋਡ, ਜਦੋਂ ਮੈਂ ਅੱਗੇ ਗਿਆ ਬਹੁਤ ਹੀ ਡੂੰਘੀ ਜਗ੍ਹਾ 'ਤੇ ਪਾਣੀ ਡਿੱਗਦਾ ਵਜਾ ਕੇ। ਇੱਕ ਵਾਟਰਫਾਲ ਨਹੀਂ ਹੈਗਾ ਇੱਥੇ, ਆਈ ਥਿੰਕ ਇੱਥੇ ਦੋ ਤਿੰਨ ਵਾਟਰਫਾਲ ਆ। ਆਪਾਂ ਨੂੰ ਥੱਲੇ ਜਾਣਾ ਪੈਣਾ, ਥੱਲੇ ਜਾਵਾਂਗੇ ਉੱਥੇ, ਉੱਥੋਂ ਥੱਲਿਓਂ ਵੇਖਾਂਗੇ ਵਾਟਰਫਾਲ ਨੂੰ, ਤਾਂ ਬਹੁਤ ਸੋਹਣਾ ਲੱਗੂਗਾ। ਇਹ ਮੈਂ ਵਾਟਰਫਾਲ ਦੇ ਪੁਤਲੇ ਪਾਸੇ ਖੜਾ ਵਾਂ ਹੁਣ, ਅਤੇ ਇੱਥੋਂ ਸ਼ਾਇਦ ਤੁਹਾਨੂੰ ਨਾ ਦਿਖੇ ਚੰਗੀ ਤਰ੍ਹਾਂ, ਮੈਂ ਬਹੁਤ ਉੱਤੇ ਖੜਾ ਵਾਂ। ਆਪਾਂ ਨੂੰ ਥੱਲੇ ਜਾਣਾ ਚਾਹੀਦਾ ਵਾ, ਥੱਲੇ ਜਾ ਕੇ ਬਹੁਤ ਹੀ ਵਧੀਆ ਵਿਊ ਦਿਖੂਗਾ ਸ਼ਾਇਦ। ਮੈਂ ਇਸ ਵਕਤ ਜੰਗਲ ਦੇ ਵਿੱਚ ਹਾਂ, ਕੋਈ ਆਸੇ ਪਾਸੇ ਨਹੀਂ ਹੈਗਾ, ਕਿਸੇ ਦੀ ਆਵਾਜ਼ ਨਹੀਂ ਆ ਰਹੀ, ਸਰਨਾਟਾ ਹੀ ਛਾਇਆ ਵਾ ਆਸੇ ਪਾਸੇ, ਸਿਰਫ ਬਰਡਸ ਦੀ ਆਵਾਜ਼ ਆ ਅਤੇ ਜਾਂ ਪਾਣੀ ਦੀ ਆਵਾਜ਼ ਆ। ਇਹ ਆ ਕੁਦਰਤ। ਸੋ ਮੈਂ ਹੁਣ ਤੁਹਾਨੂੰ ਦਿਖਾਤਾ ਇਹ ਛੋਟਾ ਜਿਹੜਾ ਵਾਟਰਫਾਲ ਸੀ, ਹੁਣ ਆਪਾਂ ਜਾਂਦੇ ਹਾਂ ਥੱਲੇ, ਥੱਲੇ ਵੱਡਾ ਵਾਟਰਫਾਲ ਵੇਖਦੇ ਹਾਂ ਕਿੱਦਾਂ ਲੱਗਦਾ ਵਾ, ਅਤੇ ਆਓ ਚੱਲੀਏ, ਰਾਹ ਲੱਭਣਾ ਪੈਣਾ ਆਪਾਂ ਨੂੰ ਕਿੱਥੇ ਆ ਵਾਟਰ, ਰਾਹ ਕਿੱਧਰ ਦੀ ਜਾਂਦਾ ਵਾ। ਉਹਨਾਂ ਜਗ੍ਹਾ ਜਗ੍ਹਾ 'ਤੇ ਮੈਪ ਵੀ ਲਾ ਕੇ ਰੱਖੇ ਆ ਕਿ ਕੋਈ ਗਵਾਚ ਨਾ ਜਾਵੇ, ਬੰਦਿਆਂ ਨੂੰ ਟਰੈਕ ਪਤਾ ਹੋਵੇ। ਅਤੇ ਇਸ ਵਕਤ ਮੈਨੂੰ ਐਂ ਲੱਗ ਰਿਹਾ ਕਿ ਜਿੱਦਾਂ ਮੈਂ ਇਕੱਲਾ ਹੀ ਇੱਥੇ ਹਾਂ, ਅਤੇ ਕਦੀ ਕਦੀ ਮੈਨੂੰ ਇੱਦਾਂ ਲੱਗਦਾ ਕਿ ਜਿੱਦਾਂ ਕੋਈ ਮੈਨੂੰ ਵੇਖ ਰਿਹਾ ਵਾ। ਉਹ ਥੱਲੇ ਕਾਫੀ ਡੂੰਘਾ ਪਾਣੀ ਜਾ ਰਿਹਾ ਵਾ, ਆਪਾਂ ਉੱਥੇ ਜਾਣਾ ਵਾ। ਜਦੋਂ ਤੁਸੀਂ ਜੰਗਲ ਦੇ ਵਿੱਚ ਇੱਦਾਂ ਫਿਰਦੇ ਜੇ ਨਾ, ਜੇ ਤੁਸੀਂ ਪੋਜ਼ਿਟਿਵ ਰਹੋ ਤਾਂ ਕੋਈ ਡਰ ਨਹੀਂ ਹੈ, ਪਰ ਜਦੋਂ ਤੁਸੀਂ ਇਹ ਸੋਚਣ ਲੱਗ ਪੈਂਦੇ ਨਾ ਕਿ ਯਾਰ ਇੱਥੇ ਕੋਈ ਹੋਵੇ ਨਾ, ਕੋਈ ਵੇਖ ਤਾਂ ਨਹੀਂ ਰਿਹਾ, ਫਿਰ ਤੁਹਾਨੂੰ ਐਂ ਲੱਗਦਾ ਰਹਿੰਦਾ ਕਿ ਜਿੱਦਾਂ ਤੁਹਾਨੂੰ ਕੁਛ ਕੋਈ ਨਾ ਕੋਈ ਵੇਖ ਰਿਹਾ ਵਾ। ਮੈਨੂੰ ਵੀ ਕਦੀ ਕਦੀ ਇੱਦਾਂ ਲੱਗਦਾ, ਜਿੱਦਾਂ ਕਾਫੀ ਹੁਣ ਸੰਘਣੀਆਂ ਝਾੜੀਆਂ ਆ ਗਈਆਂ ਵਾ, ਕਾਫੀ ਹਨੇਰਾ ਜਿਹਾ ਆ ਗਿਆ, ਅਤੇ ਮੈਨੂੰ ਇਹ ਵੀ ਪਤਾ ਕਿ ਇੱਥੇ ਕੋਈ ਨਹੀਂ ਹੈਗਾ, ਨਾ ਇੱਥੇ ਫੋਨ ਦੀ ਰੇਂਜ ਆ, ਇੱਥੇ ਕੱਲ੍ਹ ਨੂੰ ਮੈਨੂੰ ਕੁਛ ਹੋ ਜੇ ਜਾਂ ਕੋਈ ਮੇਰੇ 'ਤੇ ਅਟੈਕ ਕਰ ਦੇ ਤਾਂ ਕਾਫੀ ਡੇਂਜਰ ਕੰਮ ਆ। ਬਟ ਤੁਹਾਨੂੰ ਪਤਾ ਕਿ ਤੁਹਾਡਾ ਵੀਰ ਕੁਦਰਤ ਤਾਂ ਕਾਫੀ ਲਗਾਵ ਆ, ਅਤੇ ਸੋਹਣੀਆਂ ਸੋਹਣੀਆਂ ਜਗ੍ਹਾ ਫਿਰਨ ਦਾ ਮੈਨੂੰ ਸ਼ੌਂਕ ਆ, ਅਤੇ ਤੁਹਾਨੂੰ ਦਿਖਾਉਣ ਦਾ ਸ਼ੌਂਕ ਆ, ਅਤੇ ਤੁਸੀਂ ਵੇਖੋ ਅਤੇ ਵੀਡੀਓ ਨੂੰ ਲਾਈਕ ਕਰਦਿਆ ਕਰੋ। ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਐਂਡ ਸ਼ੇਅਰ ਮਾਈ ਵੀਡੀਓ ਐਂਡ ਲਾਈਕ ਮਾਈ ਵੀਡੀਓ, ਅਤੇ ਜਿੰਨਾ ਮੇਰਾ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ
ਉਹ ਵੀ ਸਬਸਕ੍ਰਾਈਬ ਕਰ ਲੈਣ, ਵੀਡੀਓ ਵੇਖ ਕੇ ਛੱਡ ਦਿੰਦੇ ਆ ਉਹ ਵੀ ਸਬਸਕ੍ਰਾਈਬ ਕਰ ਲੈਣ, ਅਤੇ ਤੁਹਾਡਾ ਵੀ ਤੁਹਾਡੇ ਵਾਸਤੇ ਸੋਹਣੀ ਸੋਹਣੀ ਵੀਡੀਓ ਲਿਆਊਗਾ। ਕਾਫੀ ਸੋਹਣਾ ਵਿਊ ਆ ਇੱਥੇ। ਅਜੇ ਮੈਂ ਥੱਲੇ ਨੂੰ ਜਾ ਰਿਹਾ ਵਾਂ। ਪਾਣੀ ਦੀ ਆਵਾਜ਼ ਮੈਨੂੰ ਸੁਣ ਰਹੀ ਹੈ, ਬਹੁਤ ਲਾਗੇ ਆ ਗਿਆ ਮੈਂ। ਵੇਖੋ ਕਿੱਦਾਂ ਦਾ ਵਿਊ ਆ, ਕਾਫੀ ਐਕਸਾਈਟਿਡ ਆ ਮੈਂ। ਬਹੁਤ ਲਾਗੇ ਆ ਗਏ, ਦੇਖ ਪਿਆ ਮੈਨੂੰ ਵਰਤੋਂ ਫਿਰ। ਓ ਮਾਈ ਗੋਡ, ਬਹੁਤ ਹੀ ਸੋਹਣਾ ਵਿਊ ਆ। ਇੱਥੇ ਇੱਕ ਵਾਟਰਫਾਲ ਨਹੀਂ ਆ, ਤਿੰਨ ਵਾਟਰਫਾਲ ਆ, ਇੱਕ ਸਭ ਤੋਂ ਥੱਲੇ, ਇੱਕ ਉੱਤੇ, ਇੱਕ ਸਭ ਤੋਂ ਉੱਤੇ ਜਿੱਥੇ ਆਪਾਂ ਖੜ੍ਹੇ ਹਾਂ। ਆਪਾਂ ਉਹ ਸਭ ਤੋਂ ਉੱਤੇ ਖੜ੍ਹੇ ਹਾਂ, ਜਦੋਂ ਮੈਂ ਤੁਹਾਨੂੰ ਦੱਸਿਆ ਕਿ ਆਪਾਂ ਵਾਟਰਫਾਲ ਦੇ ਉੱਤੇ ਖੜ੍ਹੇ ਹਾਂ। ਉਹ ਦੇਖੋ ਉੱਤੋਂ ਪਾਣੀ ਡਿੱਗ ਰਿਹਾ, ਫਿਰ ਇੱਕ ਸੈਕਿੰਡ ਵਾਟਰਫਾਲ ਹੈਗਾ ਵਾ, ਅਤੇ ਉਹ ਤੋਂ ਬਾਅਦ ਇਹ ਤੀਜਾ ਵਾਟਰਫਾਲ ਆ। ਇਹ ਕੁਦਰਤ ਪਹਾੜਾਂ ਦੇ ਵਿੱਚ ਫਰੀ, ਕੋਈ ਮੈਨ ਮੇਡ ਇੱਥੇ ਕੁਛ ਨਹੀਂ ਚੀਜ਼ ਹੈਗੀ, ਇਹ ਨੈਚੁਰਲ ਆਪੇ ਹੀ ਪਾਣੀ ਨੇ ਰਾਹ ਬਣਾਇਆ ਵਾ ਆਪਣਾ। ਅਤੇ ਰੱਬ ਦੀ ਕੁਦਰਤ ਦਾ ਕੋਈ ਦੇਣਾ ਨਹੀਂ ਦੇ ਸਕਦਾ। ਮੀਂਹ ਪੈ ਗਿਆ, ਥੋੜ੍ਹਾ ਮੀਂਹ ਥੋੜ੍ਹਾ ਤੇਜ਼ ਹੋ ਗਿਆ, ਇਸ ਕਰਕੇ ਮੈਂ ਡਰਦਾ ਕਿ ਕੈਮਰੇ ਨਾ ਗਿੱਲੇ ਹੋ ਜਾਣ। ਅਤੇ ਇਹ ਰੈਂਡਮਲੀ ਮੈਂ ਚੂਜ਼ ਕੀਤਾ ਸੀ ਵਾਟਰਫਾਲ, ਮੈਂ ਅੱਜ ਘਰ ਇਕੱਲਾ ਬੈਠਾ ਹਾਂ ਅਤੇ ਮੈਂ ਚੱਲ ਗੂਗਲ 'ਤੇ ਚੈੱਕ ਕਰਦਾ ਕਿਤੇ ਘੁੰਮਣ ਚੱਲੀਏ। ਮੀਂਹ ਬਹੁਤ ਤੇਜ਼ ਹੋ ਗਿਆ, ਮੈਂ ਇੱਥੇ ਰੁੱਖ ਦੇ ਥੱਲੇ ਬੈਠਾ ਵਾਂ, ਮੇਰੇ ਕੈਮਰੇ ਗਿੱਲੇ ਹੋ ਜਾਣੇ ਆ, ਇਸ ਕਰਕੇ ਵੀਡੀਓ ਆਪਾਂ ਇੱਥੇ ਬੰਦ ਕਰਦੇ ਹਾਂ, ਕਿਉਂਕਿ ਮੈਂ ਮੀਂਹ ਦੇ ਵਿੱਚ ਨਹੀਂ ਕੈਮਰਾ ਖੜ੍ਹ ਸਕਦਾ। ਹੋ, ਆਪਾਂ ਵੈਨ ਵਿੱਚ ਆ ਗਏ ਹਾਂ, ਬਹੁਤ ਮੀਂਹ ਪੈ ਰਿਹਾ ਬਾਹਰ, ਤੁਸੀਂ ਵੇਖ ਸਕਦੇ ਜੇ। ਭੱਜ ਕੇ ਆਇਆ ਮੈਂ। ਉਹ ਆਪਣੀ ਵੈਨ, ਬੈੱਡ ਆਪਣਾ ਤਿਆਰ ਹੈ ਪੂਰਾ, ਐਨ ਲਗਜ਼ਰੀ ਰੂਮ ਬਣਾਇਆ ਵਾ, 5-star ਹੋਟਲ। ਅਤੇ ਆਈ ਹੋਪ ਕਿ ਵੀਡੀਓ ਲਾਈਕ ਕੀਤੀ ਹੋਊਗੀ ਤੁਸੀਂ, ਕਿਉਂਕਿ ਛੇਤੀ ਛੇਤੀ ਵਿੱਚ ਵੀਡੀਓ ਮੈਂ ਬਣਾਈ ਆ। ਮੈਂ ਜਿਮ ਗਿਆ ਹਾਂ, ਜਿਮ ਤੋਂ ਪਤਾ ਤੁਹਾਨੂੰ ਪਤਾ ਕਿ ਇੱਧਰ ਆ ਗਿਆ, ਕਿਉਂਕਿ ਅੱਜ ਕੋਈ ਪ੍ਰੋਗਰਾਮ, ਅੱਜ ਮੇਰਾ ਕੋਈ ਪ੍ਰੋਗਰਾਮ ਨਹੀਂ ਸੀ ਵੀਡੀਓ ਬਣਾਉਣ ਦਾ, ਬਟ ਰੈਂਡਮਲੀ ਮੈਂ ਹਾਂ ਚੱਲ ਅੱਜ ਇੱਧਰ ਜਾ ਕੇ ਵੇਖਦੇ ਹਾਂ। ਅੱਜ ਮੈਂ, ਵੈਸੇ ਮੈਂ ਸਹੀ ਦੱਸਾਂਗਾ, ਅੱਜ ਮੈਂ ਵੇਖਣ ਹੀ ਆਇਆ ਹਾਂ ਕਿ ਕਿੱਦਾਂ ਦਾ ਵਾ, ਬਟ ਮੈਂ ਵੀਡੀਓ ਬਣਾ ਲਈ, ਚੱਲ ਵਧੀਆ ਹੋ ਗਿਆ। ਅਤੇ ਪਲੀਜ਼ ਸਬਸਕ੍ਰਾਈਬ ਮਾਈ ਚੈਨਲ, ਅਤੇ ਸਾਰਿਆਂ ਨੂੰ ਮੈਂ ਬਹੁਤ ਹੀ ਥੈਂਕ ਯੂ ਕਹਿੰਦਾ ਵਾ, ਦਿਲੋਂ ਬਹੁਤ ਹੀ ਸਬਸਕ੍ਰਾਈਬ ਕਰ ਰਹੇ ਮੇਰੇ ਚੈਨਲ, ਮੇਰੇ ਵੀਰ, ਮੇਰੇ ਭਰਾ, ਮੇਰੇ ਭੈਣਾਂ, ਇੰਡੀਆ ਵਾਲਿਓ, ਪਾਕਿਸਤਾਨ ਵਾਲਿਓ, ਸਾਰਿਆਂ ਨੂੰ ਦਿਲੋਂ ਥੈਂਕ ਯੂ, ਅਤੇ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।